ਵਾਸ਼ਨ ਪ੍ਰਿਆਰੇ ਸੁਧਾ ਡਲ ਗੁਰ ਸੇਵਿਆ ਐਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧੰਨ ਧੰਨ ਗੁਰੂ ਗਰੀਬ ਨਿਵਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾ ਸ੍ਰੀ ਮਹਿਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਜਾ ਕੈ ਬਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਇਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਜਾ ਕੈ ਬਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਇਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾ ਜੈ ਹਰ ਸਿਮਰਨ ਦਇਆ ਤੈ ਉਪਾਦਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਭਜਨ ਕਰਨਾ ਜੈ ਹਰ ਸਿਮਰਨ ਦਇਆ ਤੈ ਉਪਾਦਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਭਉ ਜਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਧੰਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੁੱਖ ਵਾਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਪਵਿੱਤਰ ਬਚਨ ਉਚਾਰਨ ਕਰਦੇ ਨੇ ਡਾਕਟਰ ਨਾਸਰੀ ਅੰਦਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਬਸ ਹੈ ਕੰਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਅਤੇ ਮੈਂ ਕੀ ਧਿਆਵਾਂ ਜੀ ਕਿਸ ਨੂੰ ਯਾਦ ਕਰਾਂ ਮੈਂ ਇਸ ਨੂੰ ਕਿਸ ਤਰ੍ਹਾਂ ਚੇਤੇ ਕਰਾਂ ਅਤੇ ਅਗਲੀ ਪੰਕਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਵ ਦੀ ਪੰਕਤੀ ਉਚਾਰਨ ਕੀਤੀ ਹੈ ਜਪ ਮਨ ਸਤਨਾਮ ਸਦਾ ਸਤਨਾਮ ਜੀ ਇਸ ਤਰ੍ਹਾਂ ਕੀ ਹੋਵੇਗਾ ਕੀ ਮਿਲੇਗਾ ਮੈਨੂੰ ਮਹਾਰਾਜ ਕੀ ਪ੍ਰਾਪਤ ਹੋਏਗਾ ਅਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਉਂਦੇ ਨੇ ਕਹਿੰਦੇ ਨੇ ਹਲਤ ਪਲਤ ਮੁੱਖ ਉਜਲ ਹੋਈ ਹੈ ਕਹਿੰਦੇ ਨੇ ਲੋਕ ਪ੍ਰਲੋਕ ਦੇ ਵਿੱਚ ਮੂੰਹ ਉਜਲਾ ਹੋ ਗਿਆ ਜਿਹੜਾ ਹੁਣੇ ਸ਼ਬਦ ਤੁਸੀਂ ਸਰਵਣ ਕੀਤਾ ਸੀ ਨਾ ਬਾਬਾ ਕਬੀਰ ਜੀ ਦਾ ਕਹਿੰਦੇ ਨੇ ਪਦ ਇੱਜ਼ਤ ਮਾਣ ਕਹਿੰਦੇ ਨੇ ਲੋਕ ਵਿੱਚ ਵੀ ਹੋਵੇਗਾ ਪ੍ਰਲੋਕ ਵਿੱਚ ਵੀ ਹੋਵੇਗਾ ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ ਇਸ ਦੁਨੀਆਂ ਵਿੱਚ ਭਾਵੇਂ ਤੈਨੂੰ ਕੋਈ ਚੰਗਾ ਆਖੇ ਜਾਂ ਨਾ ਆਖੇ ਜਿਵੇਂ ਬਾਬਾ ਜੀ ਨੇ ਆਖਿਆ ਕਹਿੰਦੇ ਕਬੀਰ ਜੀ ਕਹਿੰਦੇ ਨੇ ਕਿਦਨੇ ਤਬ ਜਾਣੋਗੇ ਜਬ ਉਗਰੇ ਉਹ ਪਾਜ ਕਹਿੰਦੇ ਉਦੋਂ ਪਤਾ ਲੱਗੇਗਾ ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਤੇਰਾ ਪਾਜ ਉਗੜ ਗਿਆ ਫਿਰ ਪਤਾ ਲੱਗੇਗਾ ਵੀ ਤੇਰੀ ਇੱਜ਼ਤ ਹੈ ਕਿ ਨਹੀਂ ਹੈ ਤੂੰ ਦੁਨੀਆਂ ਵਿੱਚ ਆਪਣੀ ਪਦ ਬਣਾਉਣ ਲਈ ਆਪਣੀ ਇੱਜ਼ਤ ਬਣਾਉਣ ਵਾਸਤੇ ਬੜੀਆਂ ਡੀਗਾਂ ਮਾਰਦਾ ਰਿਹਾ ਬੜੇ ਕੰਮ ਕਰਦਾ ਰਿਹਾ ਉਹ ਪੇਸ਼ੇ ਦੇ ਸਾਰੇ ਕੰਮ ਕੀਤੇ ਨੇ ਪਰ ਕਹਿੰਦੇ ਸਤਿਗੁਰ ਪਾਤਸ਼ਾਹ ਕਹਿੰਦੇ ਤਬ ਜਾਣੋਗੇ ਕਹਿੰਦੇ ਉਸੇ ਪਤਾ ਲੱਗੇਗਾ ਜਬ ਉਗਰੇ ਗੋ ਪਾਜ ਕਹਿੰਦੇ ਕਹਿੰਦੇ ਉੱਥੇ ਜਾ ਕੇ ਤੇਰਾ ਪਾਜ ਕੋਈ ਢੱਕ ਨਾ ਪਾਏਗਾ ਉਸ ਦਾ ਉਗੜ ਨਹੀਂ ਉਗੜਨਾ ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਹਿੰਦੇ ਕਹਿੰਦੇ ਹਲਤ ਪਲਤ ਮੁੱਖ ਉਜਲ ਹੋਈ ਹੈ
ਡੇਰਾ ਡੋਗ ਤੇ ਪਰਲੋਰ ਵਿੱਚ ਮੂੰਹ ਉਜੜਾ ਹੋਵੇਗਾ। ਇਸ ਕਰਕੇ ਇਹ ਦਾਤ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਕੀ ਕਰ? ਸਤਿਗੁਰ ਪਾਤਸ਼ਾਹ ਜੀ ਪ੍ਰਮਾਣ ਕਰਨਗੇ ਜਪ ਮਨ ਸਤਨਾਮ ਸਦਾ ਸਤਨਾਮ ਗੁਰੂ ਕਿਰਪਾ ਕਰ ਦਾਤਾਂ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਸਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।